ਐਲਓਪੀ ਸਾਹਿਬ ਸਪੀਕਰ ਨੂੰ ਇਹ ਅਰਜ਼ੀ ਦੇ ਸਕਦੇ ਨੇ ਕਿ ਜਿਹੜਾ ਬੰਦਾ ਮੁੱਢਲਾ ਮੈਂਬਰ ਵੀ ਨਹੀਂ ਰਹਿਣਾ ਚਾਹੁੰਦਾ ਫਿਰ ਐਮਐਲਏ ਰਹਿਣ ਦਾ ਕੀ ਹੱਕ ਆ। ਪਹਿਲਾਂ ਉਹਨਾਂ ਦੀ ਗੈਰਤ ਚੈੱਕ ਕਰ ਰਹੇ ਸੀ, ਗੈਰਤਮੰਦ ਕਹਿੰਦੇ ਆ ਆਪਣੇ ਆਪ ਨੂੰ, ਤਾਂ ਫਿਰ ਜਦੋਂ ਹੁਣ ਗੈਰਤ ਨਹੀਂ ਜਾਗੀ ਤਾਂ ਫਿਰ ਕੋਈ ਨਾ ਕੋਈ ਐਕਸ਼ਨ ਲੈਣਾ ਪਊਗਾ ਜੀ। ਆਮ ਆਦਮੀ ਪਾਰਟੀ ਚੋਂ ਅਸਤੀਫਾ ਦੇ ਚੁੱਕੇ ਸੁਖਪਾਲ ਖਹਿਰਾ ਨੂੰ ਪਾਰਟੀ ਵੱਡਾ ਝਟਕਾ ਦੇਣ ਜਾ ਰਹੀ ਹੈ। ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ 'ਚ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਸਪੀਕਰ ਕੋਲ ਖਹਿਰਾ ਦੀ ਵਿਧਾਇਕੀ ਖਤਮ ਕਰਨ ਦੀ ਮੰਗ ਕਰ ਸਕਦੇ ਨੇ। ਸੁਣੋ ਮਾਨ ਦਾ ਪੂਰਾ ਬਿਆਨ। ਦੇਖੋ ਇਹਦੇ ਵਾਸਤੇ ਜਿਹੜਾ ਆਥੋਰਾਈਜ਼ਡ ਨੇ ਉਹ ਐਲਓਪੀ ਸਾਹਿਬ ਨੇ, ਹਰਪਾਲ ਚੀਮਾ ਜੀ। ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਮੇਰੇ ਖਿਆਲ 'ਚ ਅੱਜ ਹੀ ਬੁਲਾ ਲਾਂਗੇ ਅਸੀਂ, ਅਤੇ ਜੇ ਉੱਥੇ ਇਹ ਮਤਾ ਪਾਸ ਹੁੰਦਾ ਤਾਂ ਐਲਓਪੀ ਸਾਹਿਬ ਸਪੀਕਰ ਨੂੰ ਇਹ ਅਰਜ਼ੀ ਦੇ ਸਕਦੇ ਨੇ ਕਿ ਜਿਹੜਾ ਬੰਦਾ ਮੁੱਢਲਾ ਮੈਂਬਰ ਵੀ ਨਹੀਂ ਰਹਿਣਾ ਚਾਹੁੰਦਾ ਫਿਰ ਐਮਐਲਏ ਰਹਿਣ ਦਾ ਕੀ ਹੱਕ ਆ। ਪਹਿਲਾਂ ਉਹਨਾਂ ਦੀ ਗੈਰਤ ਚੈੱਕ ਕਰ ਰਹੇ ਸੀ, ਗੈਰਤਮੰਦ ਕਹਿੰਦੇ ਆ ਆਪਣੇ ਆਪ ਨੂੰ, ਤਾਂ ਫਿਰ ਜਦੋਂ ਹੁਣ ਗੈਰਤ ਨਹੀਂ ਜਾਗੀ ਤਾਂ ਫਿਰ ਕੋਈ ਨਾ ਕੋਈ ਤਾਂ ਐਕਸ਼ਨ ਲੈਣਾ ਪਊ ਪਾਰਟੀ ਨੇ। ਫਿਲਹਾਲ ਜਿਹੜਾ ਅਸੈਪਟ ਹੋਇਆ ਅਸਤੀਫਾ ਉਹ ਖਹਿਰਾ ਸਾਹਿਬ ਦਾ ਹੋਇਆ, ਅਤੇ ਬਲਦੇਵ ਸਿੰਘ ਜੀ ਨੇ ਜਿਹੜਾ ਅਸਤੀਫਾ ਦਿੱਤਾ ਉਹ ਹਜੇ ਅਸੈਪਟ ਨਹੀਂ ਹੋਇਆ, ਉਹ ਹਜੇ ਪਹੁੰਚਿਆ ਨਹੀਂ। ਕਰਤਾਰਪੁਰ ਕੋਰੀਡੋਰ ਜਿਹੜਾ 35% ਪਾਕਿਸਤਾਨ ਨੇ ਪੂਰਾ ਕਰ ਲਿਆ, ਕਹਿੰਦੇ ਨਵੰਬਰ 'ਚ ਅਸੀਂ ਪੂਰਾ ਕਰ ਦਾਂਗੇ ਜੀ। ਉਹਨਾਂ ਵੱਲੋਂ ਤਾਂ ਕੋਈ ਕਮੀ ਨਹੀਂ, ਇੱਧਰਲੇ ਪਾਸਿਓਂ ਰਾਜਨੀਤਿਕ ਗੱਲਾਂ ਹੋ ਰਹੀਆਂ ਨੇ, ਇਹੋ ਜਿਹੀ ਗੱਲ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਡੇ ਗੁਰੂ ਸਾਹਿਬ ਨੇ ਜਿੱਥੇ ਆਖਰੀ ਸਮਾਂ ਬਿਤਾਇਆ ਸੀ, ਪਹਿਲਾਂ ਤਾਂ ਉਹਨਾਂ ਦੇ ਨੀਂਹ ਪੱਥਰ 'ਤੇ ਨਾਮ ਪਤਾ ਨਹੀਂ ਕਿਹਦਾ ਲਿਖਤਾ ਕਿਹਦਾ ਨਹੀਂ ਲਿਖਤਾ, ਇਸ ਗੱਲ 'ਤੇ ਲੜਾਈ ਹੋਈ ਉਦੋਂ। ਇਸ ਗੱਲ 'ਚ ਕੋਈ ਕ੍ਰੈਡਿਟ ਵਾਰ ਨਹੀਂ ਵੀ ਮੈਂ ਕਰਾਤਾ ਉਹਨੇ ਕਰਾਤਾ, ਇਹ ਤਾਂ ਧਾਰਮਿਕ ਹੈਗਾ, ਸਾਡੀਆਂ ਭਾਵਨਾਵਾਂ ਨਾਲ ਸੰਬੰਧਿਤ ਹੈ। ਅਤੇ ਅਸੀਂ ਸਵੇਰੇ ਜਾਈਏ ਸ਼ਾਮ ਤੱਕ ਸਜਦਾ ਕਰਕੇ ਗੁਰੂ ਸਾਹਿਬ ਨੂੰ ਵਾਪਸ ਆ ਜਾਈਏ, ਇਸ ਗੱਲ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਹਾਂ ਇਹ ਤਾਂ ਹੁਣ ਦੇਖੋ ਕੋਰੀਡੋਰ ਦਾ ਮਤਲਬ ਕੀ ਹੈ, ਕੋਰੀਡੋਰ ਦਾ ਮਤਲਬ ਕਿ ਤੁਸੀਂ ਜਾਓ ਅਤੇ ਮੱਥਾ ਟੇਕ ਕੇ ਵਾਪਸ ਆ ਜਾਓ। ਜੇ ਪਾਸਪੋਰਟ ਅਤੇ ਵੀਜ਼ੇ ਹੀ ਚਾਹੀਦੇ ਨੇ ਫਿਰ ਤਾਂ ਉਹ ਤਾਂ ਲੋਕ ਫਿਰ ਅਟਾਰੀ ਆਪਣਾ ਬਾਘਾ ਬਾਰਡਰ ਤੋਂ ਵੀ ਜਾਂਦੇ ਨੇ। ਪਹਿਲੀ ਰੈਲੀ ਜਿਹੜੀ ਹੈ ਉਹ 20 ਜਨਵਰੀ ਨੂੰ ਬਰਨਾਲੇ 'ਚ ਹੋ ਰਹੀ ਹੈ, ਔਰ ਜਿਸ ਤਰ੍ਹਾਂ ਦਾ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਬਹੁਤ ਭਾਰੀ ਇਕੱਠ ਹੋ ਰਿਹਾ। ਲੋਕ ਇਹ ਦੱਸਣ ਲਈ ਆ ਰਹੇ ਨੇ ਬਰਨਾਲੇ ਕਿ ਅਸੀਂ ਤੁਹਾਡੇ ਨਾਲ ਹਾਂ ਜੀ, ਇਮਾਨਦਾਰ ਪਾਰਟੀ ਹੈ ਜਿਹਨੇ ਦਿੱਲੀ ਦੇ ਵਿੱਚ ਇੰਨੇ ਵਧੀਆ ਕੰਮ ਕੀਤੇ ਨੇ। ਤਾਂ ਫਿਰ ਲੋਕ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਕੂਲ, ਇਸ ਤਰ੍ਹਾਂ ਦੇ ਹਸਪਤਾਲ, ਇਸ ਤਰ੍ਹਾਂ ਦੇ ਬਿਜਲੀ ਦੇ ਰੇਟ ਜਿਹੜੇ ਨੇ ਉਹ ਹੋਣੇ ਚਾਹੀਦੇ। 20 ਤਰੀਕ ਨੂੰ ਕੇਜਰੀਵਾਲ ਸਾਹਿਬ ਬਰਨਾਲੇ ਆ ਰਹੇ। ਦੇਖੋ ਇਹ ਗੱਲ ਪਹਿਲੀ ਵਾਰ ਨਹੀਂ ਹੋਈ, ਇਸ ਤੋਂ ਪਹਿਲਾਂ ਸੁਰਜੀਤ ਸਿੰਘ ਧੀਮਾਨ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਗੱਲ ਬਣ ਨਹੀਂ ਰਹੀ, ਸਾਡੀ ਚੱਲਦੀ ਨਹੀਂ। ਕਈ MP ਵੀ ਮੈਨੂੰ ਇਹ ਕਹਿੰਦੇ ਨੇ ਪਾਰਲੀਮੈਂਟ ਦੇ ਵਿੱਚ, ਕਾਂਗਰਸ ਦੇ MP, ਕਿ ਸਾਡੀ ਤਾਂ ਪੁਲਿਸ ਸੁਣਦੀ ਹੋਈ ਨਹੀਂ, ਸਾਨੂੰ ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਸਰਕਾਰ ਕਿਹਦੀ ਹੈ। ਜਦੋਂ ਵਿਕਰਮਜੀਤ ਮਜੀਠੀਆ ਅਤੇ ਸੁਖਬੀਰ ਬਾਦਲ ਇੱਕ 'ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਕਰ ਲਓ ਸਾਡਾ ਕੀ ਕਰਨਾ, ਇੱਥੋਂ ਇਹ ਸਿੱਧ ਹੁੰਦਾ ਕੈਪਟਨ ਸਾਹਿਬ ਬਿਲਕੁਲ ਬਾਦਲਾਂ ਨਾਲ ਔਰ BJP ਨਾਲ ਰਲ ਚੁੱਕੇ ਨੇ। ਪਹਿਲੀ ਗੱਲ ਤਾਂ ਵਿਧਾਨ ਸਭਾ 'ਚ ਕਦੋਂ ਚੱਲਦੀ ਹੈ, 3 ਦਿਨ ਦਾ ਸੈਸ਼ਨ ਬੁਲਾਉਂਦੇ ਨੇ, ਪਹਿਲਾ ਦਿਨ ਜਿਹੜਾ ਸ਼ਰਧਾਂਜਲੀਆਂ 'ਚ ਲੰਘ ਜਾਂਦਾ, 2 ਦਿਨ ਰੌਲੇ 'ਚ ਲੰਘ ਜਾਂਦੇ ਨੇ। ਵਿਧਾਨ ਸਭਾ ਵੱਧ ਚੱਲਣੀ ਚਾਹੀਦੀ। ਇੱਕ ਕੋਈ ਇਹੋ ਜਿਹਾ ਵੀ ਸਮਾਂ ਸੀਗਾ ਜਦੋਂ 15 ਦਿਨ ਦਾ ਸੈਸ਼ਨ ਬੁਲਾਇਆ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਬਹੁਤ ਛੋਟਾ ਸੈਸ਼ਨ ਹੈ, 15 ਦਿਨ ਦੇ ਨੂੰ ਵੀ ਛੋਟਾ ਸੈਸ਼ਨ। ਹੁਣ 15 ਘੰਟਿਆਂ ਵਾਲੇ ਬੁਲਾਏ ਜਾਂਦੇ ਨੇ, ਇਹਦਾ ਮਤਲਬ ਸਰਕਾਰ ਜਿਹੜੀ ਹੈ ਉਹ ਵਿਰੋਧੀ ਪਾਰਟੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ, ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ। ਫਿਰ ਸਮਝਦੇ ਹੋ ਜਿਹੜਾ ਪੰਜਾਬ ਏਕਤਾ ਮੰਚ ਬਣਿਆ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਊਗਾ ਜਾਂ ਕੋਈ ਆਮ ਆਦਮੀ ਪਾਰਟੀ? ਇਹ ਤਾਂ ਲੋਕ ਦੱਸਣਗੇ ਜੀ, ਇਹ ਤਾਂ ਲੋਕ ਦੱਸਣਗੇ, ਪਹਿਲਾਂ ਚੋਣ ਨਿਸ਼ਾਨ ਤਾਂ ਲੈ ਲੈਣ।
ਬਿਊਰੋ ਰਿਪੋਰਟ।